ਪਿੱਤਰ ਗੁਰਸ਼ਰਨ ਵੀ ਪਹੁੰਚ ਚੁੱਕੇ ਨੇ ਸਾਡੇ ਵਿੱਚ ਲੁਧਿਆਣੇ ਤੋਂ। ਇੱਧਰ ਸੋਨੂ ਸਾਡਾ ਭਰਾ ਗੋਨੀ ਲੰਬੜ ਲਾਓ ਸਾਹਮਣੇ, ਕਹਿੰਦੇ ਕੁਸ਼ਤੀ ਦਾ ਜੁੱਦ ਸ਼ੁਰੂ ਹੋ ਗਿਆ ਉਰਲੇ ਪਾਸੇ, ਲਾਓ ਸਾਹਮਣੇ ਦੇਖਾਂਗੇ ਪ੍ਰਤਪਾਲ ਫਗਵਾੜਾ ਦੇ ਨਾਲ ਕਹਿੰਦੇ ਸੰਜੇ ਹਰਿਆਣੇ ਵਾਲਾ। ਜੇ ਮੰਨ ਲਓ ਕਹਿੰਦੇ ਪ੍ਰਤਪਾਲ ਕੁਸ਼ਤੀ ਜਿੱਤੇ, ਕੋਈ ਵੀ ਜਿੱਤੇ, ਕਹਿੰਦੇ 5100 ਲਾ ਦੇ ਇੱਕ ਹੋਰ ਨਾਲ ਸੋਨੂੰ ਭਰਾ ਵੱਲੋਂ ਤੇ ਸੁਖੀ ਵੱਲੋਂ ਇਹ ਕੁਸ਼ਤੀ, ਕਹਿੰਦੇ ਡਾਕਟਰ ਦਿਲਬਾਗ ਸਿੰਘ ਦੇ ਪਰਿਵਾਰ ਵੱਲੋਂ, ਸਰਦਾਰ ਊਧਮ ਸਿੰਘ ਜੀ ਦੇ ਪਰਿਵਾਰ ਵੱਲੋਂ, ਲੰਬੜਾਂ ਦੇ ਪਰਿਵਾਰ ਵੱਲੋਂ ਕੁਸ਼ਤੀ ਆ। ਆਹ ਵੱਡੀਆਂ ਰਾਸ਼ੀਆਂ ਦੀ ਗੱਲ, ਵੱਡੇ ਮਾਣ ਤੇ ਸਤਿਕਾਰ, ਵੱਡੇ ਦੰਗਲ ਦੀ ਗੱਲ ਚੱਲਦੀ, ਤੇ ਪਰਲੇ ਪਾਸੇ ਪੱਟੀ ਵਾਲਾ ਜੱਸਾ ਤੇ ਨਾਲ ਕਹਿੰਦੇ ਲਵਪ੍ਰੀਤ ਖੰਨਾ 11000 ਰੁਪਇਆ ਦਿੱਤਾ ਜਾਣਾ ਪਿੰਡਾ ਮਨੀਲਾ ਲੰਬੜ ਦੇ ਵੱਲੋਂ, ਜਿਹੜਾ ਮੱਲ ਜਿੱਤੇਗਾ 11000 ਦੀ ਰਾਸ਼ੀ। ਜੇ ਲਵਪ੍ਰੀਤ ਖੰਨਾ ਜਿੱਤਦਾ ਤੇ ਸੱਤਾ ਮਜਾਲ ਕਹਿੰਦਾ ਵੀ 5000 ਮੇਰੇ ਵੱਲੋਂ ਕਰ ਦਿਓ। ਹਾਂ ਬਈ, ਆ ਵੀਰਾਂ ਨੂੰ ਬੇਨਤੀ ਆ ਵੀ ਪਿੱਛੇ ਦੇਖੋ ਸਟੇਜ ਵੀ ਤੁਹਾਡੇ ਲੱਗੀ ਹੋਈ ਆ, ਕਿਸੇ ਨੇ ਬਲੌਕ ਨਹੀਂ ਕਰਨਾ, ਜਾਂ ਤਾਂ ਬਹਿ ਜਾਓ ਥੱਲੇ, ਕਿਉਂਕਿ ਪਿਛਲੇ ਦਰਸ਼ਕ ਵੀਰਾਂ ਨੂੰ ਵੀ ਇੱਕ ਸਾਈਡ ਨੂੰ ਹੋ ਜਾਓ, ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਹਾਂ। ਇਸ ਤੋਂ ਬਾਅਦ, ਇਸ ਕੁਸ਼ਤੀ ਤੋਂ ਬਾਅਦ ਇੱਕ ਵੱਡਾ ਸਨਮਾਨ ਹੋਣਾ ਸਾਡੇ ਨਗਰ ਵੱਲੋਂ। ਇੱਧਰ ਬਲਵੀਰ ਸਿੰਘ ਜੀ ਸੰਧੂ ਸੈਕਰਾਮੈਂਟੋ ਜਿਨ੍ਹਾਂ ਦੇ ਵੱਲੋਂ ਸਾਡੇ ਕੰਗ ਸਾਹਿਬ ਨੇ ਪਹਿਲਾਂ ਹੀ ਜਾਣਕਾਰੀ ਦਿੱਤੀ ਵੀ ਦੋਨਾਂ ਕੁਸ਼ਤੀਆਂ ਲਈ 5100 ਕਰ ਦਿਓ, ਵੱਡੇ ਮਾਣ ਵਾਲੀ ਗੱਲ। ਲਵਪ੍ਰੀਤ ਖੰਨਾ ਤੇ ਦੂਸਰੇ ਪਾਸੇ ਜੱਸਾ ਪੱਟੀ ਦੀ ਕੁਸ਼ਤੀ ਤੇ ਕਹਿੰਦੀਆਂ ਲੈ ਵੀ 11000 ਰੁਪਇਆ। ਜੇ ਲਵਪ੍ਰੀਤ ਖੰਨਾ ਕੁਸ਼ਤੀ ਜਿੱਤਦਾ, ਸੱਤਾ ਮਜਾਲ ਜੀ ਕਹਿੰਦੇ ਵੀ 11000 ਕਰ ਦਿਓ, ਕਿ ਕਿਉਂ ਗਦਰੀਓ ਦੇਸ਼ ਲਈ ਲੜੇ ਤੁਸੀਂ, ਕਿਉਂ ਬੱਬਰੋ ਫਾਂਸੀਆਂ ਤੇ ਚੜੇ ਤੁਸੀਂ, ਪੁੱਛੋ ਊਧਮ ਸਿੰਘ ਤੇ ਭਗਤ ਸਿੰਘ ਨੂੰ, ਆ ਕਿਉਂ ਆਜ਼ਾਦੀ ਦੇਸ਼ ਲਈ ਲੜੇ ਤੁਸੀਂ, ਤੁਹਾਡਾ ਪਤਾ ਨਹੀਂ ਭਾਰਤ ਦੇ ਸ਼ਾਸਕਾਂ ਨੂੰ ਕੁਰਬਾਨੀ ਅਸਾਂ ਵੀ ਦਿਲਾਂ ਵਿੱਚੋਂ ਭੁਲਾਈ ਹੋਈ ਏ, ਜਾਈਏ ਪਾਕਿਸਤਾਨ ਨੂੰ ਬਾਗੇ ਦੇ ਬਾਰਡਰ ਉੱਤੇ, ਆ ਫੋਟੋ ਕੱਲੇ ਗਾਂਧੀ ਦੀ ਲਾਈ ਹੋਈ ਏ, ਪੰਜਾਬ ਦੇ ਵਿੱਚ ਸਭ ਤੋਂ ਵੱਡੀ ਕੁਰਬਾਨੀ ਦੇਣ ਲਾਓ ਲਵਪ੍ਰੀਤ ਖੰਨਾ ਤੇ ਜੱਸਾ ਪੱਟੀ ਹੋ ਗਈ ਬੱਲੇ ਬੱਲੇ, ਆ ਸਾਨਾਂ ਦੇ ਭੇੜ ਵਾਲੀ ਗੱਲ। ਇਧਰਲੇ ਪਾਸੇ ਕਹਿੰਦੇ ਪੱਟੀ ਵਾਲਾ ਜੱਸਾ ਉੱਪਰ ਤੇ ਦੂਸਰੇ ਪਾਸੇ ਪ੍ਰਤਵਾਲ ਉੱਪਰ, ਦੋਨਾਂ ਕੁਸ਼ਤੀਆਂ ਲਈ ਤਾੜੀਆਂ ਮਾਰ ਦਿਓ। ਲਾ ਚਾਰ ਦੇ ਚਾਰੇ ਮੱਲਾਂ ਦਾ ਯੁੱਧ ਚੱਲਦਾ, ਲਾ ਪ੍ਰਤਵਾਲ ਫਗਵਾੜਾ ਤੇ ਸੰਜੇ, ਆ ਪ੍ਰਤਵਾਲ ਫਗਵਾੜਾ ਤੇ ਸੰਜੇ, ਲਾ ਫਗਵਾੜੇ ਵਾਲਾ ਪ੍ਰਤਵਾਲ ਜੇਤੂ, ਆ ਤਾੜੀਆਂ ਮਾਰ ਦਿਓ ਮੱਲ ਦੇ ਲਈ। ਮੱਲ ਨੇ ਸਿਰਾ ਕਰਵਾ ਦਿੱਤਾ, ਐਨ ਬੱਲੇ ਬੱਲੇ ਕਰਵਾ ਦਿੱਤੀ ਤੇ ਚੱਲਦੀ ਕੁਸ਼ਤੀ ਦੇ ਵਿੱਚੋਂ ਪ੍ਰਤਵਾਲ ਫਗਵਾੜਾ ਸ਼ਿੰਦਰਪਾਲ ਜੀ ਦਾ ਸੁਪੁੱਤਰ ਕਹਿੰਦੇ ਜੇਤੂ, ਐਨ ਬੱਲੇ ਬੱਲੇ ਕਰਵਾ ਦਿੱਤੀ। ਆ ਵੱਡੀ ਕੁਸ਼ਤੀ ਜਰੀ ਨਾ ਮੱਲਾਂ ਦੇ ਦਰਮਿਆਨ, ਇੱਕ ਪਾਸੇ ਕਹਿੰਦੇ ਪੱਟੀ ਵਾਲਾ ਜੱਸਾ ਤੇ ਲਵਪ੍ਰੀਤ ਖੰਨੇ ਦੇ ਦਰਮਿਆਨ ਕੁਸ਼ਤੀ ਆ। ਲੈ ਬਈ ਅੱਜ ਕਹਿੰਦੇ ਗਾਂਧਰ ਵਾਲਿਆਂ ਨੇ ਸਿਰਾ ਕਰਵਾ ਦਿੱਤਾ, ਆ ਵੱਡੀ ਕੁਸ਼ਤੀ ਜਲਦੀ ਨਾ ਮੱਲਾਂ ਦੇ ਦਰਮਿਆਨ, ਕਿ ਹੀਰੇ ਪਰਖੀ ਦੇ ਨਹੀਂ ਕੁਆੜੀਆਂ ਤੋਂ, ਜਾਣੇ ਜੋਰੀ ਕੀਮਤ ਤੋਲਿਆਂ ਦੀ, ਪਰੇ ਹੁਣ ਬਹੁਤਾ ਸ਼ੋਰ ਨਹੀਂ ਕਰਦੇ, ਆਵਾਜ਼ ਹੁੰਦੀ ਥੋਥੇ ਛੋਲਿਆਂ ਦੀ, ਸੱਚੀ ਗੱਲ ਸਮਾਂ ਸਮਰੱਥ ਹੁੰਦਾ, ਲਿਪੇ ਬਿਨਾਂ ਕੀ ਜੂਨ ਪੜੋਲਿਆਂ ਦੀ, ਆ ਸੰਧੂ ਘਰਾਂ ਦੇ ਘਰ ਬਰਬਾਦ ਹੋਵਣ, ਮਾੜੀ ਹੁੰਦੀ ਆ ਆਦਤ ਓਲਿਆਂ ਦੀ, ਆ ਮਾੜੀ ਹੁੰਦੀ ਆ ਆਦਤ ਓਲਿਆਂ ਦੀ। ਲਾ ਸਿਰੇ ਦੀ ਕੁਸ਼ਤੀ ਪੱਟੀ ਵਾਲਾ ਜੱਸਾ ਤੇ ਲਵਪ੍ਰੀਤ ਖੰਨਾ, ਇਹਨਾਂ ਮੱਲਾਂ ਲਈ ਇੱਕ ਵਾਰ ਫਿਰ ਤੋਂ ਤਾੜੀਆਂ ਮਾਰ ਦਿਓ, ਐਨ ਸਿਰੇ ਦੇ ਮੱਲ ਪਿੜਦੇ ਆ। ਸਿਰੇ ਦੀ ਕੁਸ਼ਤੀ ਚੱਲਦੀ, ਕੌਣ ਜਿੱਤੂ ਗੱਲਾਂ ਸਮਝਦੀਆਂ, ਕਿ ਰੁੰਡ ਤੇ ਮਰੁੰਡ ਜਿਹੜੇ ਰੁੱਖ ਹੋ ਗਏ, ਹੁਣਾਂ ਉੱਤੇ ਪਾਉਂਦੇ ਨਾ ਪਰਿੰਦੇ ਆਲਣੇ, ਜਿਹੜੇ ਰੱਖੇ ਨੇ ਸਾਂਭ ਕੇ ਸਰੀਰ ਮਿੱਤਰੋ, ਦੱਸੋ ਕੱਲ ਨੂੰ ਚਿੰਤਾ ਵਿੱਚ ਗਾਲਣੇ, ਮੇਰੇ ਨਾਲੋਂ ਵੱਧ ਗੁਆਂਢੀ ਕੋਲ ਹੈ, ਹਰ ਵੇਲੇ ਰਹਿੰਦੀ ਆ ਸ਼ਿਕਾਇਤ ਰੱਬ ਤੇ, ਚੱਲਦਾ ਜੇ ਹੁੰਦਾ ਬਸ ਬੰਦੇ ਦਾ, ਉਹ ਕੀਤੀ ਹੁੰਦੀ ਹਰ ਰੋਜ਼ ਪੰਚਾਇਤ ਰੱਬ ਤੇ, ਬਾਹਲਿਆਂ ਦੇ ਨਾਲੋਂ ਤੂੰ ਚੰਗਾ ਹੈ ਸੰਧੂਆ, ਹੋ ਕੇ ਪੋਜ਼ਿਟਿਵ ਸ਼ੁਕਰ ਮਨਾਈ ਜਾ, ਜੇ ਹੈ ਅੰਗ ਪੈਰ ਸਾਹਿਬ ਤੇ, ਹੋਰ ਦੱਸੋ ਚੜ੍ਹਨ ਲਈ ਮੰਝ ਚਾਹੀਦਾ, ਰੱਬ ਨੂੰ ਉਲਾਂਭੇ ਦੇਣ ਵਾਲਿਆ ਲੋਕ ਡਾਢੇ ਸੋ
ਸੋਚ ਵਿਚਾਰ ਲਈ ਜ਼ਿੰਦਗੀ ਜਿਉਣੀ ਤੈਨੂੰ ਔਖੀ ਲੱਗਦੀ, ਜਾ ਕੇ ਹਸਪਤਾਲ ਗੇੜਾ ਮਾਰ ਲਈ, ਸੁੱਖਾ ਬੈਠਾ ਕਾਂਦਰਾ ਵਾਲਾ, ਕੱਲ ਦੇ ਕਬੱਡੀ ਕੱਪ ਦਾ ਬੈਸਟ ਹੈ, ਆਹ ਤਾੜੀਆਂ ਮਾਰਦੇ ਜ਼ੋਰਦਾਰ, ਇਹ ਵੀ ਕਹਿੰਦੇ ਨਗਰ ਦਾ ਵੱਡਾ ਮੱਲ ਹੈ, ਸਿਰੇ ਦੀਆਂ ਕਬੱਡੀਆਂ ਪਾਈਆਂ ਤੇ ਕਹਿੰਦੇ ਕੱਲ ਦਾ ਬੈਸਟ ਬਣਿਆ, ਗਾਂਦਰਾਂ ਦੇ ਖੇਡ ਮੇਲੇ ਦੀਆਂ ਗੱਲਾਂ ਹੋਈਆਂ, ਪਰ ਇਧਰਲੇ ਪਾਸੇ ਪੱਟੀ ਵਾਲਾ ਜੱਸਾ ਉੱਪਰਲੇ ਪਾਸੇ ਹੈ। ਹਾਂ ਰਮਨ ਗਾਂਦਰਾ ਤੇ ਸੁੱਖਾ ਗਾਂਦਰਾ ਜਿਹੜਾ ਮਰਜ਼ੀ ਬਣੇ ਸਾਡੇ ਲਈ ਪ੍ਰਬੰਧਕ ਕਹਿੰਦੇ ਬਰਾਬਰ ਨੇ, ਸੁੱਖਾ ਤੇ ਰਮਨ ਦੋਨਾਂ ਭਰਾਵਾਂ ਲਈ ਤਾੜੀਆਂ ਮਾਰ ਦਿਓ। ਵੈਸੇ ਰਮਨ ਗਾਂਦਰਾ ਵਾਲਾ ਕੱਲ ਦਾ ਬੈਸਟ ਰਿਹਾ, ਲਓ ਇੱਕ ਪਾਸੇ ਕਹਿੰਦੇ ਪੱਟੀ ਵਾਲਾ ਜੱਸਾ, ਦੂਸਰੇ ਪਾਸੇ ਲਵਪ੍ਰੀਤ ਖੰਨੇ ਦੇ ਦਰਮਿਆਨ ਐਨ ਵੱਡੀ ਕੁਸ਼ਤੀ ਚੱਲੀ ਨਾ ਮੱਲਾਂ ਦੇ ਦਰਮਿਆਨ, ਕਿ ਕੋਈ ਸੌਂ ਰਿਹਾ ਸੜਕ ਕਿਨਾਰੇ ਤੇ ਕੋਈ ਕਰਦਾ। ਸਪੋਰਟਸ ਕਲੱਬ ਗਾਂਦਰਾ ਵੱਲੋਂ ਇੱਕ ਮਾਨ ਸਨਮਾਨ ਕਰਨਾ, ਸੋ ਉਸ ਤੋਂ ਪਹਿਲਾਂ ਜਿਹੜੇ ਦੋ ਸਨਮਾਨ ਨੇ ਉਹ ਆਪਾਂ ਬੀਬੀ ਜੀ ਹੋਰਾਂ ਤੋਂ ਕਰਵਾ ਦੇਣੇ ਨੇ। ਸੋ ਪਹਿਲਾ ਸਨਮਾਨ ਮੈਨੂੰ ਬੋਲੋ, ਮੈਂ ਮੇਜਰ ਬਾਈ ਟਾਈਮ ਨਹੀਂ ਹੈਗਾ, ਇੱਕ ਇੱਕ ਸੈਂਕੜ ਕੀਮਤੀ, ਇਧਰਲੇ ਪਾਸੇ ਲਵਪ੍ਰੀਤ ਤੇ ਜੱਸੇ ਲਈ ਤਾੜੀਆਂ ਮਾਰ ਦਿਓ। ਹੋ ਗਈ ਬੱਲੇ ਬੱਲੇ ਸਾਨਾਂ ਦੇ ਭੇੜ ਵਾਲੀ ਗੱਲ, ਪਰ ਇਧਰਲੇ ਪਾਸੇ ਆਹ ਲਵਪ੍ਰੀਤ ਖੰਨਾ ਦੇ ਜੱਸਾ ਪੱਟੀ ਝਾਂਜਰਾਂ ਵਾਲਾ ਗਿੱਟਾ ਚੁੱਕੇ ਆਹ ਬੱਲੇ ਬੱਲੇ ਕਰਾ ਦਿੱਤੀ ਮੱਲ ਨੇ, ਜੇ ਕੁਸ਼ਤੀ ਦਾ ਸਵਾਲ ਆ ਰਿਹਾ ਤਾੜੀ ਮਾਰ ਕੇ ਦੱਸਿਓ। ਹੋ ਗਈ ਬੱਲੇ ਬੱਲੇ ਇੱਕ ਪਾਸੇ ਕਹਿੰਦੇ ਲਵਪ੍ਰੀਤ ਖੰਨਾ ਦੇ, ਦੂਸਰੇ ਪਾਸੇ ਪੱਟੀ ਵਾਲਾ ਜੱਸਾ, ਮਰਸਦੀ ਦੇ ਵਾਈਪਰ ਵਾਂਗ ਚੱਲਦੀਆਂ ਵਾਹਾਂ ਮਹਿੰਗੇ ਮੱਲ ਨੇ, ਮੁੜਕੋ ਮੁੜਕੀ ਹੋ ਗਿਆ ਜ਼ੋਰ ਚੋਬਣਾ ਦਾ, ਕੰਡਾ ਵੀ ਨਹੀਂ ਚੁਭਦਾ ਜਿਸਮ ਕਠੋਰ ਚੋਬਣਾ ਦਾ, ਉਹ ਚੜ੍ਹਦੀ ਉਮਰ ਗਰਮ ਖੂਨ ਲਲਕਾਰੇ ਤਾਂ ਵੱਜਦੇ, ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਭੱਜਦੇ। ਜੇ ਕੁਸ਼ਤੀ ਦਾ ਸਵਾਲ ਆ ਰਿਹਾ ਤਾਂ ਪੱਟੀ ਵਾਲਾ ਉੱਪਰ, ਲਵਪ੍ਰੀਤ ਖੰਨਾ ਦੋਨਾਂ ਮੱਲਾਂ ਲਈ ਤਾੜੀਆਂ ਮਾਰ ਦਿਓ, ਅੱਜ ਦੀ ਵੱਡੀ ਕੁਸ਼ਤੀ ਜਾਰੀ ਨਾ ਮੱਲਾਂ ਦੇ ਦਰਮਿਆਨ। ਹਾਂਜੀ ਨੱਥਾ ਸਿੰਘ ਗਿੱਲ ਅਗਰ ਮੇਰੀ ਆਵਾਜ਼ ਨੂੰ ਸੁਣਦਾ ਹੋਵੇ ਤੇ ਸਟੇਜ ਤੇ ਰਿਪੋਰਟ ਕਰੇ। ਨੱਥਾ ਸਿੰਘ ਗਿੱਲ, ਨੱਥਾ ਸਿੰਘ ਗਿੱਲ ਅਗਰ ਮੇਰੀ ਆਵਾਜ਼ ਨੂੰ ਸੁਣਦਾ ਤੇ ਹੱਥ ਖੜਾ ਕਰੇ, ਜੇ ਕਿਤੇ ਤੁਰ ਵੀ ਪਿਆ ਉਹ ਸਾਡੇ ਵੱਲ ਨੂੰ। ਨੱਥਾ ਸਿੰਘ ਗਿੱਲ, ਬਹੁਤ ਵਧੀਆ ਕੁਸ਼ਤੀ ਚੱਲ ਰਹੀ, ਪੱਟੀ ਵਾਲਾ ਜੱਸਾ ਉੱਪਰਲੇ ਪਾਸੇ ਸਿਰੇ ਦੀ ਕੁਸ਼ਤੀ ਚੱਲ ਰਹੀ ਹੈ, ਐਨ ਦੂਸਰੇ ਪਾਸੇ ਲਵਪ੍ਰੀਤ ਖੰਨਾ ਚੜ੍ਹਦੀ ਬ੍ਰੇਸ ਦਾ ਮੱਲ ਹੈ, ਇੱਕ ਪਾਸੇ ਤਜਰਬਾ ਏਡਾ ਮਾਝੇ ਦਾ ਮਜਾਲ, ਦੁਨੀਆਂ ਦੇ ਮੰਨੇ ਪ੍ਰਮੰਨੇ ਮੱਲਾਂ ਚ ਨਾਮ ਆਉਂਦਾ ਹੈ, ਤੇ ਅੱਜ ਦੇ ਟਾਈਮ ਚ ਮੱਲਾਂ ਦੀ ਕਹਿੰਦੇ ਤੂਤੀ ਬੋਲਦੀ ਕਿ ਉਹ ਡਾਵਾਂ ਡੋਲ ਰਹਿੰਦੀਆਂ ਕਵੀ।